ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹਨੇ ਹਾਲ ਕੀਤਾ ਇਹ ਤੁਹਾਡੇ ਸਾਹਮਣੇ ਸਾਨੂੰ ਲੋਕ ਢੀਂਸਾ ਸਾਹਿਬ ਨੂੰ ਮੈਨੂੰ ਸ਼ੇਖਵਾਂ ਸਾਹਿਬ ਸਰਦਾਰ ਰਵਿੰਦਰ ਸਿੰਘ ਜਿੰਨੇ ਵੀ ਸੀ ਸਾਰਿਆਂ ਨੂੰ ਜਦੋਂ ਅਸੀਂ ਇਹ ਸਾਰਾ ਚੋਣਾਂ ਚੁੱਕਿਆ ਉਹਨਾਂ ਦੇ ਖਿਲਾਫ ਅਤੇ ਕਈ ਲੋਕਾਂ ਨੇ ਇਹ ਗੱਲ ਕਹੀ ਜੋ ਤੁਸੀਂ ਸਰਕਾਰ ਦੇ ਵਿੱਚ ਸਾਂ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਗੱਲ ਵਾਲੀ ਸੀ ਉਹਨਾਂ ਦੀ ਅਸੀਂ ਉਹਨਾਂ ਲੋਕਾਂ ਨੂੰ ਕਿਹਾ ਪ੍ਰੈਸ ਵਾਲਿਆਂ ਨੂੰ ਕਿਹਾ ਮੀਡੀਆ ਨੂੰ ਵੀ ਕਿਹਾ ਕਿ ਅਸੀਂ ਉਦੋਂ ਵੀ ਬੋਲੇ ਹਾਂ ਪਰ ਉਦੋਂ ਅਸੀਂ ਪਾਰਟੀ ਦੇ ਵਿੱਚ ਸਾਂ ਜਿਹੜੀ ਗੱਲ ਕਰਦੇ ਸਾਂ ਅੰਦਰ ਬਹਿ ਕੇ ਕੁੰਡੇ ਮਾਰ ਕੇ ਗੱਲ ਕਰਦੇ ਸਾਂ ਉਹ ਗੱਲ ਲੋਕਾਂ ਦੇ ਵਿੱਚ ਨਹੀਂ ਸੀ ਆਉਂਦੀ ਅਸੀਂ ਜਦੋਂ ਤੋਂ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਿਆ ਅਸੀਂ ਇਸ ਵਾਰਾਂ ਨੇ ਹਜ਼ਾਰ ਵਾਲਾ ਬਾਦਲ ਸਾਹਿਬ ਨੂੰ ਕਿਹਾ ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦਾ ਪੱਠਾ ਬੈਠਾ ਜਾਂਦਾ ਰੋਜ਼ ਇਹ ਅਖਬਾਰਾਂ ਕਾਲੀਆਂ ਹੋਈਆਂ ਪਈਆਂ ਨੇ ਜਿਹੜੇ ਰਾਤ ਲੁੱਟ ਲਿਆ ਮਾਰ ਲਿਆ ਸੁਖਬੀਰ ਹੋਰਾਂ ਨੇ ਆਹ ਕਰਤਾ ਆ ਉਹ ਕਰਤਾ ਅਤੇ ਗ੍ਰਾਮ ਬੜਾ ਥੱਲੇ ਚਲ ਗਿਆ ਤੁਸੀਂ ਕੁਛ ਕਰੋ ਜਿਕਰਾ ਉਹਨਾਂ ਦੀ ਆ ਤੇ ਉਹ ਘੇਸਰ ਮਾਰ ਸਕਦੇ ਸੀ ਉਹ ਸਾਡੀ ਤੋਂ ਗੱਲ ਨਹੀਂ ਸੀ ਸਮਝੇ ਲੇਕਿਨ ਅੰਤ ਉਦੋਂ ਹੋ ਗਿਆ ਜਦੋਂ 17 ਦੇ ਵਿੱਚ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਆਈਆਂ ਅਤੇ ਇੱਡੀ ਸ਼ਰਮਨਾਕ ਹਾਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਅਤੇ 14 ਮੈਂਬਰ ਹੀ ਟੇਬਲ ਜਿੱਤੇ 14 ਮੈਂਬਰ ਉਹ ਫਿਰ ਵਿਚਾਰਾ ਕਰਦੀ ਹੈ ਕਿ ਸਾਡੇ ਹਾਰਨ ਦੇ ਕਾਰਨ ਕੀ ਹੋਏ ਔਰ ਉਹਦੇ ਅੱਗੇ ਤੋਂ ਕਿਵੇਂ ਇਹਨੂੰ ਠੀਕ ਕੀਤਾ ਜਾ ਸਕਦਾ ਮੈਂ ਕਿਹਾ ਜੇ ਤੈਨੂੰ ਸੁਖਬੀਰ ਤੇ ਸਾਡੇ ਤੇ ਕਿਸੇ ਤੇ ਇਤਬਾਰ ਨਹੀਂ ਤੁਸੀਂ ਕੋਈ ਇੰਟਲੈਕਚੁਅਲ ਦੇ ਸਿੱਖਾਂ ਬਹੁਤ ਵੱਡੇ ਵੱਡੇ ਦਿਮਾਗ ਵਾਲੇ ਲੋਕ ਬੈਠੇ ਨੇ ਬਹੁਤ ਵੱਡੇ ਜੱਜ ਬੈਠੇ ਨੇ ਜਰਨੈਲ ਬੈਠੇ ਨੇ ਹੋਰ ਬੜੇ ਨੇ ਜਿਹੜੇ ਰਿਟਾਇਰ ਹੋਏ ਨੇ ਕਿਸੇ ਦੀ ਕਮੇਟੀ ਬਣਾ ਦਿਓ ਜਰਨਲਿਸਟ ਬੈਠੇ ਨੇ ਉਹਨਾਂ ਦੀ ਕਮੇਟੀ ਬਣਾਓ ਉਹ ਸਾਨੂੰ ਰਿਪੋਰਟ ਕਰੇ ਕਿ ਸਾਡੇ ਕਾਰਨ ਕੀ ਸੀ ਅਤੇ ਹੁਣ ਅਸੀਂ ਕੀ ਕਰਨੇ ਅੱਗੇ ਤੋਂ ਜਿਹਦੇ ਲਈ ਠੀਕ ਢੰਗ ਨਾਲ ਅਸੀਂ ਚਲਾ ਸਕੀਏ ਲੇਕਿਨ ਅੱਜ ਤੱਕ ਕੋਈ ਕਮੇਟੀ ਬਣੀ ਹੋਵੇ ਕਿਤੇ ਡਿਸਕਸ਼ਨ ਹੋਈ ਹੋਵੇ ਅਤੇ ਲੇਕਿਨ ਕਹਿੰਦੇ ਕੋਈ ਕੋਰ ਕਮੇਟੀ ਹੁੰਦੀ ਹੈ ਕੋਈ ਇਲੈਕਸ਼ਨ ਕਮੇਟੀ ਨਹੀਂ ਆਓ ਕੋਰ ਕਮੇਟੀ ਕੌਣ ਨੇ ਜਿਹੜੇ ਉਹਨੇ ਅਪਾਇੰਟ ਕੀਤੇ ਉਹਨਾਂ ਦੇ ਪ੍ਰਧਾਨ ਨੇ ਜਦੋਂ ਇਲੈਕਸ਼ਨ ਨਹੀਂ ਹੋਈ ਉਸ ਤਰ੍ਹਾਂ ਦੀ ਇਲੈਕਸ਼ਨ ਜਿਸ ਤਰ੍ਹਾਂ ਵੀ ਹੁੰਦੀ ਹੈ ਇਸ ਕਰਕੇ ਸਾਡੇ ਦੁਖੀ ਹੋ ਕੇ ਅਸੀਂ ਆਪਣੇ ਅਹੁਦੇ ਛੱਡੇ ਵਰਗੂਰਾ ਜੀ ਨੇ ਠੀਕ ਕਿਹਾ ਕਿ ਲੋਕਾਂ ਦੇ ਪਹਿਲਾਂ ਤੁਸੀਂ ਨਾ ਜਾਏ ਅਸੀਂ ਜਾ ਕੇ ਇਹਨਾਂ ਨੇ ਜਦੋਂ ਪਾਰਟੀ ਬਣਾਈ ਇਕਸਾਨੀ ਤੇ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਮਾਫ਼ੀ ਮੰਗੀ ਕਿ ਜੋ ਸਾਤੋਂ ਗਲਤੀ ਹੋਈ ਹੈ ਅਸੀਂ ਮਾਫ਼ੀ ਮੰਗਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਜੋ ਦੇਣ ਹੈ 1920 ਤੋਂ ਲੈ ਕੇ ਦੇਸ਼ ਦੀ ਆਜ਼ਾਦੀ ਦੇ ਵਿੱਚ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਜੋ ਸਾਡੇ ਬਜ਼ੁਰਗਾਂ ਨੇ ਵੱਡਾ ਯੋਗਦਾਨ ਪਾਇਆ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਦੇ ਵਿੱਚ ਜੋ ਸ਼ਹਾਦਤਾਂ ਦਿੱਤੀਆਂ ਮੈਨੂੰ ਨਹੀਂ ਲੱਗਦਾ ਦੇਸ਼ ਦੇ ਵਿੱਚ ਕੋਈ ਐਸੀ ਪਾਰਟੀ ਨਹੀਂ ਜਿਹਨੇ ਐਡੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਉਸ ਸਿਧਾਂਤ ਤੇ ਚੱਲਦਾ ਹੋਇਆ ਹਮੇਸ਼ਾ ਜੋ ਪੰਜਾਬ ਦੀ ਤੇ ਸਿੱਖਾਂ ਦੀ ਦੁਨੀਆਂ ਦੇ ਵਿੱਚ ਜਿੱਥੇ ਵੀ ਬੈਠੇ ਨੇ ਉਹਨਾਂ ਦੀ ਨੁਮਾਇੰਦਗੀ ਕਰਨ ਦੀ ਇੱਕ ਸੋਚ ਸੀ ਪਰ ਅੱਜ ਦੁੱਖ ਨਾਲ ਕਹਿਣਾ ਪੈਂਦਾ ਕਿ ਉਹ ਜਿਹੜੇ ਸਿਧਾਂਤ ਨੇ ਉਹਨਾਂ ਕੋਲ ਕਿਤੇ ਪਿਛੜ ਚੁੱਕੇ ਹਨ ਉਹ ਸਿਧਾਂਤਾਂ ਤੇ ਪਹਿਰਾ ਦੇਣ ਦਾ ਜੋ ਜਜ਼ਬਾ ਸੀ ਉਹ ਖਤਮ ਹੋ ਗਿਆ ਪਾਰਟੀ ਸਿਰਫ ਸੱਤਾ ਹਾਸਲ ਕਰਨ ਤੱਕ ਸੋਚ ਸੀਮਿਤ ਰਹੇਗੀ ਤੇ ਮੈਂ ਸਮਝਦਾ ਜਿਵੇਂ ਇਹ ਉਹ ਹਾਲ ਹੈ ਜਿਵੇਂ ਦਰਖਤ ਹੁੰਦਾ ਨਾ ਉਹ ਦਰਖਤ ਚਾਹੇ ਜਿੱਡਾ ਮਰਜ਼ੀ ਵੱਡਾ ਹੋ ਜਾਏ ਜਦ ਤੱਕ ਉਹਦੀਆਂ ਜੜ੍ਹਾਂ ਮਜ਼ਬੂਤ ਨਹੀਂ ਉਹਨਾਂ ਚਿਰ ਉਹ ਦਰਖਤ ਦਾ ਖੜਾ ਰਹਿਣਾ ਸੰਭਵ ਨਹੀਂ ਹੈ ਤੇ ਜੇ ਜੜ੍ਹਾਂ ਸੁੱਕ ਜਾਣ ਤਾਂ ਕੋਈ ਹਨੇਰੀ ਆਵੇ ਸਾਲ 6 ਮਹੀਨੇ ਦਾ ਦਰਖਤ ਖੜਾ ਰਹਿ ਸਕਦਾ ਥੋੜ੍ਹੀ ਜਿਹੀ ਵੀ ਹਨੇਰੀ ਜਿਹੜੀ ਹੈ ਉਹਨੂੰ ਸਿੱਟ ਲੈਂਦੀ ਹੈ ਉਹੀ ਹਾਲ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਉਹ ਕਿੱਥੇ ਚਲੀ ਗਈ ਹੈ